ਅਵਾਰਾ ਕੁੱਤੇ ਨੂੰ ਰੋਟੀ ਪਾਉਣ ਪਿੱਛੇ ਗੁਆਂਢੀਆਂ ਦੀ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਗਲੀ ਦੇ ਵਿੱਚ ਹੀ ਖੂਨ ਖਰਾਬਾ ਹੋ ਗਿਆ ਤੇ ਇੱਕ ਗੁਆਂਢੀ ਨੇ ਦੂਜੇ ਦਾ ਸਿਰ ਤੱਕ ਫੜ ਦਿੱਤਾ। ਇਹੀ ਨਹੀਂ, ਕੁੱਟ ਕੁੱਟ ਕੇ ਉਸ ਨੂੰ ਹਸਪੀਟਲ ਪਹੁੰਚਾ ਦਿੱਤਾ ਤੇ ਜਿਸ ਤੋਂ ਬਾਅਦ ਕੁੱਤੇ ਨੂੰ ਵੀ ਕੁੱਟ ਕੇ ਜ਼ਖਮੀ ਕਰ ਦਿੱਤਾ। ਹਾਲਾਂਕਿ ਇਸ ਦੀ ਸ਼ਿਕਾਇਤ ਪੁਲਿਸ ਕੋਲੇ ਪਹੁੰਚੀ ਹੈ। ਦਰਅਸਲ ਮਾਮਲਾ ਅੰਮ੍ਰਿਤਸਰ ਦਾ ਏ, ਜਿੱਥੇ ਕੁੱਤੇ ਨੂੰ ਰੋਟੀ ਪਾਉਣ ਪਿੱਛੇ ਦੋ ਗੁਆਂਢੀ ਆਪਸ ਦੇ ਵਿੱਚ ਝਗੜ ਪਏ ਤੇ ਜਿਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਇੱਕ ਧਿਰ ਨੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਤੇ ਕਈ ਬੰਦਿਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਅਧੀਨ ਇਹ ਏਰੀਆ ਆਉਂਦਾ ਹੈ ਜਿੱਥੇ ਇਹ ਝਗੜਾ ਹੋਇਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਸ਼ਖਸ ਨੂੰ ਹੇਠਾਂ ਸੁੱਟ ਕੇ ਕੁੱਟਿਆ ਜਾ ਰਿਹਾ ਹੈ ਤੇ ਇਸ ਦੀ ਵੀਡੀਓ ਵੀ ਬਣਾਈ ਗਈ ਹੈ। ਅਵਾਰਾ ਕੁੱਤਾ ਸੀ ਜਿਸ ਨੂੰ ਰੋਟੀ ਪਾਉਣ ਕਰਕੇ ਇਹ ਝਗੜਾ ਹੋ ਗਿਆ ਤੇ ਗੁਆਂਢੀ ਨੇ ਗੁਆਂਢੀ ਦਾ ਸਿਰ ਪਾੜ ਦਿੱਤਾ। ਇਸ ਦੌਰਾਨ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਅਕਸਰ ਕੁੱਤਿਆਂ ਨੂੰ ਰੋਟੀ ਪਾਉਂਦੇ ਨੇ ਪਰ ਉਹਨਾਂ ਦੇ ਗੁਆਂਢੀ ਉਹਨਾਂ ਨੂੰ ਇਸ ਗੱਲ ਤੋਂ ਰੋਕਦੇ ਨੇ ਤੇ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੁਆਂਢੀਆਂ ਨੇ ਉਹਨਾਂ ਦਾ ਸਿਰ ਫਾੜ ਦਿੱਤਾ। ਇਹੀ ਨਹੀਂ, ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਕੀਤਾ ਹੈ। ਉੱਧਰ ਪੁਲਿਸ ਕਾਰਵਾਈ ਦੀ ਗੱਲ ਆਖ ਰਹੀ ਹੈ। ਸਾਡੇ ਗੁਆਂਢੀ ਆ ਜਿਹੜੇ ਉਹਨਾਂ ਨੇ ਡੋਗ ਕਰਕੇ ਡੋਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਉਣ ਦੀ ਵਜ੍ਹਾ ਦੇ ਨਾਲ। ਅਸੀਂ ਖਾਣਾ ਪਾਉਂਦੇ ਖਾਣਾ ਪਾਉਣ ਕਰਕੇ ਡੋਗ ਨੂੰ ਵੀ ਡੈਮੇਜ ਕਰਤਾ। 6 ਮਹੀਨੇ ਦਾ ਡੋਗ ਸੀ ਅਤੇ ਮੇਰੇ ਹਸਬੈਂਡ ਨੂੰ ਵੀ ਡੈਮੇਜ ਕਰਤਾ, ਸਾਰਾ ਸਿਰ ਤੋਂ ਵੀ ਬਾਂਹ ਤੋਂ ਵੀ। ਅਤੇ ਅਸੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਵੀ, ਅਸੀਂ ਕੰਪਲੇਨ ਵੀ ਲਿਖਾਈ ਜਾ ਕੇ, ਉਹਨਾਂ ਨੇ ਕੁਛ ਨਹੀਂ ਕੀਤਾ। ਸ਼ਰੇਆਮ ਫਿਰਦੇ ਪਏ ਸਾਡੇ ਸਾਹਮਣੇ ਹੀ, ਸਾਨੂੰ ਟੋਰਚਰ ਕਰਦੇ ਪਏ। ਸਾਨੂੰ ਕੁਛ ਵੀ ਹੋ ਸਕਦਾ ਵੈ, ਕੁਛ ਵੀ ਇਹਨਾਂ ਕੋਲ ਸਾਨੂੰ ਡਰ ਹੈਗਾ ਵੈ ਕਿ ਕੱਲ੍ਹ ਨੂੰ ਸਾਨੂੰ ਕੁਛ ਵੀ ਕਰ ਸਕਦੇ ਆ। ਬਸ ਮੇਰੀ ਹੱਥ ਜੋੜ ਕੇ ਬੇਨਤੀ, ਮੇਰੀ ਹੈਲਪ ਕੀਤੀ ਜਾਏ, ਮੈਨੂੰ ਇਨਸਾਫ ਦਿੱਤਾ ਜਾਏ। ਜੋ ਮੇਰੇ ਹਸਬੈਂਡ ਨਾਲ ਹੋਇਆ, ਉਹਨਾਂ ਦਾ ਸੋਨੂ ਸਕਿੰਦਰ, ਉਸਕੇ ਪਾਪਾ ਦਾ ਨਾਮ ਹੈ ਨਿਰਮਲ ਸਿੰਘ। ਵਜ੍ਹਾ ਕੋਈ ਡੋਗ ਹੀ ਹੈ, ਡੋਗ ਨੂੰ ਟਿਕਣ ਨਹੀਂ ਦਿੰਦੇ, ਉਹ ਸਿਰਫ ਡੋਗ ਨੂੰ ਮਾਰਦੇ ਆ। ਕੋਈ ਵੀ ਡੋਗ ਆਉਂਦਾ ਗਲੀ 'ਚ ਟਿਕਣ ਨਹੀਂ ਦਿੰਦੇ, ਸਾਰਿਆਂ ਨੂੰ ਮਾਰਦੇ, ਛੋਟੇ ਛੋਟੇ ਬੱਚਿਆਂ ਨੂੰ ਡੰਗਾਂ ਦੇ ਨਾਲ ਮਾਰਦੇ। ਨਹੀਂ, ਸਟਿਕ ਡੋਗ ਹੈਗਾ ਵੈ, ਗਲੀ ਦਾ ਡੋਗ ਹੈ, ਸਾਡਾ ਪਾਲਤੂ ਡੋਗ ਨਹੀਂ ਹੈਗਾ। ਤਾਂ ਜੀ, ਸਟਿਕ ਡੋਗ ਹੈਗਾ ਵੈ। ਉਸ ਦਿਨ ਖਾਣਾ ਪਾਉਣ ਮੇਰੀ ਬੇਟੀ ਗਈ ਆ ਅਤੇ ਉਹਨਾਂ ਨੂੰ ਕਹਿੰਦੀ, ਮੇਰੀ ਬੇਟੀ ਨੂੰ ਕਹਿੰਦੀ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਛ ਕਰ ਲਾ। ਅਸੀਂ ਕਿਹਾ, ਸਰ ਅਸੀਂ ਕਿੱਥੇ ਲੈ ਕੇ ਜਾਈਏ ਇਹਨੂੰ? ਇਹਨੂੰ ਖਾਣਾ ਨਹੀਂ ਪਾਉਣਾ ਅਤੇ ਤੁਸੀਂ ਇਹਨੂੰ ਬਾਹਰ ਕੱਢੋ। ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ, ਇਹਨੂੰ ਖਾਣਾ ਪਾਉਣਾ। ਅੰਦਰੋਂ ਡਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ, ਉਹਨੂੰ ਸਿਰ ਤੋਂ ਡੈਮੇਜ ਕਰਤਾ ਸਾਰਾ ਹੀ, ਅੱਖ ਵੀ ਡੈਮੇਜ ਹੋ ਗਈ ਉਹਦੀ। ਫਿਰ ਮੇਰੇ ਹਸਬੈਂਡ ਨੂੰ ਵੀ ਡੈਮੇਜ ਕਰਤਾ, ਡਾਂਗਾਂ ਡੂੰਗਾਂ ਮਾਰੀਆਂ, ਡਾਂਗ ਟੁੱਟ ਗਈ। ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ, ਸਟਿਚਿੰਗ ਲੱਗੇ ਮੱਥੇ 'ਤੇ, 5-6 ਸਟਿਚਿੰਗ ਲੱਗੇ, ਬਾਂਹ 'ਤੇ ਵੀ ਸਟਿਚਿੰਗ ਲੱਗੇ ਆ। ਅਤੇ ਸਾਨੂੰ ਬਸ ਇਨਸਾਫ ਚਾਹੀਦਾ, ਸਾਨੂੰ ਉਹਨਾਂ ਕੋਲ ਡਰ, ਹਰ ਵੇਲੇ ਡਰ ਹੈ ਕਿ ਕੱਲ੍ਹ ਨੂੰ ਸਾਨੂੰ ਮਾਰ ਵੀ ਸਕਦੇ ਆ ਸਾਰੀ ਫੈਮ। ਮੈਨੂੰ ਵੀ ਕਰੋ ਖਿੱਚ ਕੇ, ਇਹਨਾਂ ਨੇ ਵਾਲ ਪੁੱਟੇ ਮੇਰੇ ਕੱਪੜੇ ਪਾੜੇ, ਗੰਦੀਆਂ ਗਾਲਾਂ ਮੈਨੂੰ ਕੱਢੀਆਂ ਵੈ। ਸਰ, ਮੈਂ ਇੰਨੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ, ਮੇਰੀ ਸਿਰਫ ਹੈਲਪ ਕੀਤੀ ਜਾਵੇ, ਮੈਨੂੰ ਇਨਸਾਫ ਦਵਾਇਆ ਜਾਏ। ਜੋ ਮੇਰੇ ਪਰਿਵਾਰ ਨਾਲ ਹੋਇਆ, ਮੇਰੇ ਬੱਚਿਆਂ ਨਾਲ ਹੋਇਆ, ਮੇਰੇ ਨਾਲ ਹੋਇਆ, ਮੈਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ, ਕੁਛ ਨਹੀਂ, ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀ ਹੈਗੀ। ਸਰ, ਅਸੀਂ ਸਾਰਾ ਕੁਛ ਕੰਪਲੇਨ ਵਗੈਰਾ ਸਾਰਾ ਕੁਛ ਕੀਤੀ, ਥਾਣੇ ਜਾ ਗਏ, ਪਰ ਪੁਲਿਸ ਇੱਕ ਵਾਰੀ ਨਾ ਸਾਡੇ ਕੋਲ ਹੋਸਪਿਟਲ 3 ਦਿਨ ਮੈਂ ਰਹਿ ਕੇ ਆਈ ਆਪਣੇ ਹਸਬੈਂਡ ਦੇ ਨਾਲ ਗੁਰੂ ਨਾਨਕ ਹੋਸਪਿਟਲ, ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ, ਉੱਥੇ ਵੀ ਨਹੀਂ ਆਈ ਅਤੇ ਨਾ ਇਹਨਾਂ ਨੂੰ ਅਰੈਸਟ ਕੀਤਾ ਹੈਗਾ। ਅਸੀਂ ਇਨਸਾਫ ਚਾਹੁੰਦੇ ਹਾਂ ਕਿ ਮੇਰੇ ਹਸਬੈਂਡ ਨਾਲ, ਮੇਰੇ ਨਾਲ ਜੋ ਹੋਇਆ ਵੈ,
ਮੇਰੇ ਹਸਬੈਂਡ ਨੂੰ ਡੈਮੇਜ ਕੀਤਾ ਦਿਮਾਗ ਤੋਂ, ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਵੈ, ਸਾਨੂੰ ਇਨਸਾਫ ਦਿੱਤਾ ਜਾਵੇ ਬਸ। ਮੇਰੀ ਬੇਟੀ ਡੋਗ ਨੂੰ ਪਾਣ ਗਈ ਖਾਣਾ, ਉਹਨੂੰ ਕੁੜੀ ਨੂੰ ਮਾੜਾ ਚੰਗਾ ਬੋਲਿਆ ਉਹਨੇ ਸੋਨੂੰ ਨੇ, ਜਿਹਨੇ ਅਤੇ ਮੇਰੀ ਕੁੜੀ ਮੈਂ ਰੋਣ ਆ ਗਈ, ਮੈਂ ਕਹਿੰਦੀ ਪਾਪਾ ਡੋਗ ਨੂੰ ਮਾਰਿਆ, ਅਤੇ ਮੈਂ ਉਸਲੇ ਬਾਹਰ ਗਿਆ ਅਤੇ ਡੋਗ ਨੂੰ ਇਹਨੇ ਫੜ ਕੇ ਸੋਟੀ ਮਾਰੀ ਜ਼ੋਰ ਦੀ, ਅਤੇ ਮੈਂ ਡੋਗ ਨੂੰ ਫੜ ਲਿਆ, ਮੇਰੇ ਕੋਲ ਵੇਖਿਆ ਨਹੀਂ ਗਿਆ, ਅਤੇ ਮੈਂ ਡੋਗ ਚੁੱਕ ਕੇ ਉਹਨਾਂ ਕਿਹਾ ਮੈਂ ਫੜ ਹੁਣ ਦੂਜੀ ਵਾਰੀ ਮਾਰ ਕੇ ਵਿਖਾ, ਇਹਨੇ ਮਾਰਿਆ ਦੂਜੀ ਵਾਰੀ ਡਾਂਗ ਮਾਰੀ, ਉਹਨੇ ਫਿਰ ਮਾਰਤੀ ਡਾਂਗ, ਡੋਗ ਮੇਰੇ ਥੋੜ੍ਹੇ ਪਿਆ ਗਲੀ ਦੇ, ਸਾਡੇ ਮੁਹੱਲੇ ਦਾ ਡਾਕਟਰ ਸਾਹਿਬ ਹੈਗੇ, ਡੋਗ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ, ਅਤੇ ਇਹਨਾਂ ਨੇ ਫੜ ਲਿਆ, ਇਹਨਾਂ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ, ਜੋ ਇਹਨਾਂ ਨੇ ਡੋਗ ਨੂੰ ਫੜਿਆ ਅਤੇ ਫਿਰ ਬਾਅਦ 'ਚ ਮੈਂ ਤੁਹਾਨੂੰ ਹੁਣ ਤੂੰ ਮਾਰਿਆ, ਹੁਣ ਮੈਨੂੰ ਮਾਰ ਇਹਨੇ ਮਾਰਤਾ ਨੇ ਬਾਈ, ਮੈਨੂੰ ਫੜ ਲਿਆ ਇਹਨਾਂ ਨੇ, ਮੈਂ ਜੂੜਾ ਫੜ ਲਿਆ ਇਹਦਾ, ਮੈਂ ਹੁਣ ਮਾਰ ਪਾ ਜਾਣੇ ਫੜ ਲਿਆ, ਮੇਰੇ ਇੱਥੋਂ ਲੱਤਾਂ 'ਚ ਤਿੰਨ ਜਣਿਆਂ ਨੇ ਅਤੇ ਫੜ ਗਏ, ਅਤੇ ਫੜ ਮੇਰੇ ਆ ਇੱਥੇ ਸਿੱਧੀ ਮਾਰੀ ਚੀਜ਼ ਡਾਂਗ ਮਾਰੀ, ਇੱਕ ਪਹਿਲੇ ਡਾਂਗ ਮਾਰੀ, ਡਾਂਗ ਨਹੀਂ ਟੁੱਟ ਗਈ, ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਦਾ, ਉਹਨੇ ਦਾਤਰੀ ਐਡੀ ਕੁ ਫੜੀ, ਉਹ ਲਿਆ ਕੇ ਮੇਰੇ ਮਾਰੀ, ਮੈਨੂੰ ਉੱਥੇ ਉਹ ਮੈਂ ਡੇਗ ਪਿਆ, ਮੇਰੀ ਬੇਟੀ ਮੇਰੇ ਉੱਪਰ ਡੇਗ ਪਈ, ਮੇਰਾ ਬੇਟਾ ਵੀ ਡੇਗਿਆ, ਉਹਨਾਂ ਦਾ ਕੋਈ ਨਹੀਂ ਲੱਗੀ ਸੱਟ, ਉਹਨਾਂ ਦਾ ਮਹੱਲਾ ਭਾਵੇਂ ਮਹੱਲਾ ਮੇਰੇ ਨਾਲ ਹੈ, ਮਹੱਲੇ ਬਸ਼ੱਕ ਮਹੱਲੇ ਵਾਲੇ ਬੋਲ ਸਕਦੇ, ਮੈਨੂੰ ਇਨਸਾਫ ਚਾਹੀਦਾ, ਮੇਰੇ ਮਹੱਲੇ ਦੇ ਮੇਰਾ ਮੇਰੇ ਨਾਲ ਹੈਗਾ, ਮੈਨੂੰ ਇਨਸਾਫ ਚਾਹੀਦਾ, ਮੈਂ ਪੁਲਿਸ ਵਾਲੇ ਸਰ ਉਸੇ ਵੇਲੇ ਮੈਂ ਚੋਂਦੇ ਖੂਹ 'ਚ, ਇਹਨਾਂ ਨੇ ਆਪਣੀ ਗੱਡੀ ਦਿੱਤੀ ਹੈ ਐਕਟਵਾ, ਮੈਂ ਐਕਟਵਾ ਆਪਣੀ ਵਾਈਫ ਨੂੰ ਪਾਇਆ, ਅਤੇ ਮੈਂ ਨਾਲ ਹੀ ਉਸੇ ਵੇਲੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ, ਇਹ ਵੀ ਆਪਣੇ ਡੋਗ ਲੈ ਗਏ ਨਾਲ, ਪੁਲਿਸ ਕਹਿੰਦੀ ਉਹਨਾਂ ਵੇਖਿਆ ਵੇਖੇ ਕਹਿ ਸਾਨੂੰ ਕਹਿੰਦਾ ਐਫ ਆਈ ਆਰ ਉੱਥੇ ਚਲ ਜਾਓ ਸਿਵਲ ਹੋਸਪਿਟਲ, ਸਾਨੂੰ ਉਹਨਾਂ ਵੇਖ ਕੇ ਬਣਾ ਬਣੂ ਕੇ ਦੇ ਦਿੱਤਾ, ਅਤੇ ਆਪਾਂ ਚਲੇ ਗਏ, ਬਸ ਸਾਡੀ ਬਾਤ ਨਹੀਂ ਨਾ ਕੁਛ ਆਏ, ਸਾਨੂੰ ਇਨਸਾਫ ਚਾਹੀਦਾ ਬਸ, ਗਰੀਬ ਬੰਦਾ ਰੇਹੜੀ ਲਾਉਣ ਡਿਆ, ਮੈਂ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ, ਮੈਂ ਲੋਕਾਂ ਦੀ ਇਹਨਾਂ 1000-2000 ਰੁਪਏ ਪਰਸੋਂ ਫੜਿਆ ਨਾ, ਮੈਂ ਤੁਹਾਨੂੰ ਦੇ ਦਾਂਗਾ, ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰ ਦਾਂਗੇ, ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ਼ ਜੋ ਕਾਰਵਾਈ ਬਣਦੀ ਹੋਊਗੀ ਐਜ਼ ਪਰ ਲਾ ਕੀਤੀ ਜਾਵੇ। ਲੜਾਈ ਦੱਸਿਆ ਇਹਨਾਂ ਨੇ, ਉਹ ਕੁੱਤੇ ਕਤੇ ਦਾ ਕੋਈ ਮੈਟਰ ਦੱਸਦੇ ਆ, ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇ। ਮੈਡੀਕਲ ਰਿਪੋਰਟ ਆ ਗਈ, ਉਹ ਪੜ੍ਹ ਲੈਂਦੇ, ਮੈਡੀਕਲ ਰਿਪੋਰਟ ਆਈ ਤਾਂ ਵੇਖ ਲੈਂਦੇ, ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ, ਜੋ ਕਰਨਗੇ ਦੱਸ ਦੇਣ।